ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਲੜਕੀ ਆਪਣੇ ਪੈਰਾਂ ਤੇ ਖੁਦ ਸਟੈਂਡ ਹੋਈ ਹੈ ਤੇ ਇਹਨਾਂ ਨੇ ਬਹੁਤ ਵਧੀਆ ਜਿਹੜਾ ਕੰਮ ਕਰ ਰਹੇ ਤੇ ਇੱਕ ਕੰਟੀਨ ਵੀ ਖੋਲੀ ਆ। ਕੀ ਕਹਿਣਾ ਚਾਹੁੰਦੇ ਜੋ ਕਿ ਅੱਜ ਆਪਣੇ ਪੈਰਾਂ ਤੇ ਖੜੇ ਨੇ? ਹਾਂਜੀ ਮੈਮ, ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਸਭ ਤੋਂ ਪਹਿਲੇ ਆਪਣਾ ਨਾਮ? ਮੇਰਾ ਨਾਮ ਰੇਖਾ। ਹਾਂਜੀ ਤੇ ਕਿੰਨਾ ਕੁ ਸਮਾਂ ਤੁਹਾਨੂੰ ਹੋਊਗਾ ਕੰਟੀਨ? ਮੈਨੂੰ 10 ਸਾਲ ਦਾ ਸਟਰਗਲ ਹੈ ਜਿਹੜਾ ਹੁਣ ਆਪਣੇ ਪੈਰਾਂ ਤੇ ਸਟੈਂਡ ਆ ਇਸ ਆਈ ਦੀ ਕਿਰਪਾ ਨਾਲ। ਪਹਿਲੇ ਕੀ ਕਰਦੇ ਸੀ? ਪਹਿਲਾਂ ਮੈਂ ਜੋਬ ਕਰਦੀ ਸੀ। ਸਟੱਡੀ ਵਗੈਰਾ? ਮੈਟ੍ਰਿਕ ਕੀਤੀ ਹੈ ਤੇ ਥੋੜ੍ਹੇ ਘਰ ਦੇ ਮਾਹੌਲ ਇੱਦਾਂ ਸੀ ਕਿ ਜਲਦੀ ਆਪਣੇ ਆਪ ਨੂੰ ਕਵਰ ਕੀਤਾ, ਪੈਰਾਂ 'ਤੇ ਸਟੈਂਡ ਹੋਣਾ ਪਿਆ ਕਿ ਇੱਦਾਂ ਲੱਗਿਆ ਚਲੋ ਇੰਡੀਪੈਂਡੈਂਟ ਨਹੀਂ ਰਹਿਣਾ ਚਾਹੀਦਾ, ਆਪਣੇ ਪੈਰਾਂ 'ਤੇ ਸਟੈਂਡ ਹੋਣਾ ਚਾਹੀਦਾ। ਕੀ ਇਹੋ ਜਿਹੇ ਕਾਰਨ ਹੋ ਗਏ ਕਿ ਤੁਹਾਨੂੰ ਆਪ ਨੂੰ ਖੁਦ ਕੰਮ ਕਰਨਾ? ਮੇਰੇ ਪਾਪਾ ਬਿਮਾਰ ਰਹਿੰਦੇ ਸੀ ਅਤੇ ਤੁਹਾਨੂੰ ਪਤਾ ਘਰ ਦੀ ਮੈਂ ਟੈਨਸ਼ਨਾਂ ਹੁੰਦੀਆਂ, ਬਾਕੀ ਕੁਛ ਨਹੀਂ। ਹੋਰ ਭਰਾ ਵਗੈਰਾ? ਭੈਣਾਂ? ਤਿੰਨ, ਅਸੀਂ ਤਿੰਨ ਸਿਸਟਰ ਇੱਕ ਬ੍ਰਦਰ ਹਾਂ। ਹਾਂਜੀ। ਅਤੇ ਕੀ ਉਹ ਕਦੀ ਬ੍ਰਦਰ ਨੇ ਚਾਹਿਆ ਨਹੀਂ ਕਿ ਮੈਂ ਸਾਥ ਦੇਵਾਂ? ਨਹੀਂ, ਚਲੋ ਮੰਮੀ ਡੈਡੀ ਮੇਰੇ ਕੋਲ ਰਹਿੰਦੇ ਨੇ, ਮੰਮੀ ਮੇਰੇ ਐਕਸਪਾਇਰ ਹੋ ਗਏ, ਬਾਕੀ ਇਹ ਹੈਗਾ ਵਾ ਕਿ ਠੀਕ ਹੈ ਮੋਲ। ਹਾਂਜੀ ਸਰ, ਹੁਣ ਅੱਜ ਤੁਸੀਂ ਇਸ ਟਾਈਮ ਇੱਕ ਕੰਟੀਨ ਚਲਾ ਰਹੇ ਹੋ, ਕਾਫੀ ਵਧੀਆ ਰੋਟੀ ਵੀ ਬੱਚਿਆਂ ਵੱਲੋਂ ਵੀ ਪੁੱਛਾਂਗੇ ਆਪਾਂ। ਹੁਣ ਬੱਚੇ ਦੱਸ ਸਕਦੇ, ਆਪਣੇ ਵੱਲੋਂ ਤਾਂ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਵਧੀਆ ਹੀ ਬਣਾ ਕੇ ਬਾਹਰ ਦਈਏ ਫਰੈਸ਼, ਮਤਲਬ ਅੱਗੋਂ ਦੇਖੋ ਬੱਚੇ ਕੀ ਫੀਡਬੈਕ ਦਿੰਦੇ ਨੇ, ਮੇਰੇ ਨਾਲ ਜ਼ਿਆਦਾ ਬੱਚਿਆਂ ਕੋਲ ਪੁੱਛ ਸਕਦੇ ਹੋ। ਠੀਕ ਹੈ, ਆਪਾਂ ਹੁਣ ਬੱਚਿਆਂ ਕੋਲੋਂ ਵੀ ਜਾਣਦੇ ਹਾਂ, ਜਿਸ ਤਰ੍ਹਾਂ ਕਿ ਬਾਹਰ ਦੇਖ ਰਹੇ ਹੋ ਤੁਸੀਂ ਬੱਚੇ ਖਾਣਾ ਖਾ ਰਹੇ ਆ ਅਤੇ ਉਹਨਾਂ ਨਾਲ ਗੱਲਬਾਤ ਕਰਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਆਪਣਾ ਨਾਮ ਬਤਾਓ, ਕੌਣ ਸੇ ਡਿਪਾਰਟਮੈਂਟ? ਮਾਈ ਨੇਮ ਇਜ਼ ਕਵਿਤਾ ਠਾਕੁਰ, ਮੈਂ ਯਹਾਂ ਪੇ CET ਡਿਪਾਰਟਮੈਂਟ ਮੇਂ ਹੂੰ, ਸੈਮੈਸਟਰ 6। ਔਰ ਜੈਸੇ ਕਿ ਬਾਤ ਕਰੇਂਗੇ ਹਮ ਖਾਣੇ ਪੀਣੇ ਦੀ। ਹਾਂਜੀ। ਤੋ ਆਪ ਇਸ ਕੰਟੀਨ ਮੇਂ ਆਏ ਹੋ, ਕਿਆ ਕੰਮ ਕਰਦੇ ਹੋ? ਐਕਚੁਅਲੀ ਹਮ ਰੈਗੂਲਰਲੀ ਯਹਾਂ ਪੇ ਆਤੇ ਹੈ ਤੋ ਹਮਾਰੀ ਕਲਾਸਿਸ ਜਬ ਵੀ ਮਿਸ ਹੋਤੀ ਹੈ ਹਮੇ ਯਹਾਂ ਪੇ ਇੱਕ ਘਰ ਕਾ ਖਾਣਾ ਮਿਲ ਜਾਤਾ ਹੈ, ਲਾਈਕ ਪਰਾਂਠੇ ਹੋ ਗਏ, ਸਭ ਕੁਛ ਹੋ ਗਿਆ, ਮੈਗੀ, ਔਲ ਮਤਲਬ ਸਭ ਕੁਛ ਅਵੇਲੇਬਲ ਹੈ ਯਹਾਂ ਪੇ, ਔਰ ਸਾਥ ਮੇਂ ਖੁੱਲ੍ਹਾ ਵੀ ਹੈ ਤੋ ਇਟਸ ਗੁੱਡ। ਇਟਸ ਲਾਈਕ ਮੁਝੇ ਇਨਕਾ ਸਭਸੇ ਬੈਸਟ ਤਬ ਲਗਾ ਥਾ ਜਬ ਹਮਾਰੇ ਯਹਾਂ ਪੇ ਨਾ ਵਰਤ ਰੱਖੇ ਜਾਤੇ ਹੈ, ਯਹਾਂ ਪੇ ਜੋ ਵਰਤ ਕਾ ਖਾਣਾ ਹੈ ਵੋ ਹਮੇ ਪ੍ਰੋਵਾਈਡ ਕਰ ਦਿਆ ਜਾਤਾ ਤੋ ਵੋ ਬੜਾ ਅੱਛਾ ਰਹਿ ਜਾਤਾ। ਔਰ ਜੈਸੇ ਕਿ ਜ਼ਿਆਦਾਤਰ ਕੁਛ ਐਸੇ ਗੱਡੀ ਨੇ ਜਹਾਂ ਪਰ ਖਾਣਾ ਅੱਛਾ ਨਹੀਂ ਮਿਲਤਾ ਹੈ, ਉਸਕੇ ਬਾਰੇ ਮੇਂ ਕਿਆ ਕਹਿ ਸਕਤੇ ਹੋ? ਨਹੀਂ ਐਕਚੁਅਲੀ ਹਮਨੇ ਬਾਕੀ ਕੰਟੀਨਸ ਇਤਨੀ ਟਰਾਈ ਨਹੀਂ ਕੀ, ਪਰ ਹਾਂ ਯਹਾਂ ਪੇ ਇੱਕ ਨਾ ਘਰ ਕਾ ਟੇਸਟ ਮਿਲ ਜਾਤਾ ਹੈ, ਫਰੈਸ਼ ਪਰਾਂਠੇ ਬਣਾਤੇ ਹੈ, ਸਬਜ਼ੀਆਂ ਰੋਜ਼ ਬਣਤੀ ਹੈ, ਥਾਲੀ ਆਪ ਖਾ ਸਕਤੇ ਹੋ, ਤੋ ਆਪ ਯੇ ਸਭ ਅਵੇਲੇਬਲ ਹੋ ਜਾਤਾ ਹੈ। ਅਕਸਰ ਜਿੱਦਾਂ ਕਿ ਅਕਸਰ ਸਾਰੇ ਕੰਟੀਨਸ ਵਿੱਚ ਖਾਣੇ ਦੀ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਹੈ ਉਹ ਤਾਂ ਪੂਰੀ ਹੋ ਜਾਂਦੀ ਹੈ, ਬਟ ਜਿਹੜਾ ਟੈਰਿਸ ਕੈਫੇ ਹੈ ਉਹ ਬੇਸਿਕਲੀ ਸਾਰਿਆਂ ਦੇ ਸਾਹਮਣੇ ਖਾਣਾ ਬਣਾਉਂਦਾ ਹੈ, ਪਰੌਂਠਿਆਂ ਦੇ ਨਾਲ,
ਥਾਲੀ ਸਬਜ਼ੀ ਅਤੇ ਰੋਟੀਆਂ ਸਭ ਕੁਛ ਮਿਲਦਾ ਹੈ। ਬਾਕੀ ਜਿਹੜੀ ਕੈਂਟੀਨਸ ਹੈਗੀਆਂ ਨੇ ਉਹ ਬੇਸਿਕਲੀ ਖਾਣਾ ਅੰਦਰ ਛੋਟੀ ਕੈਂਟੀਨਸ ਵਿੱਚ ਬਣਾਉਂਦੇ ਨੇ, ਜਿਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਰੋਟੀਆਂ ਪਹਿਲਾਂ ਹੀ ਬਣੀਆਂ ਨੇ, ਪਰੌਂਠੇ ਪਹਿਲਾਂ ਹੀ ਬਣਾਏ ਗਏ ਹੈ ਕਿ ਨਹੀਂ ਬਣਾਏ ਗਏ। ਬਟ ਜਿਹੜਾ ਟੈਰਿਸ ਕੈਫੇ ਹੈ ਉਹਦੇ ਵਿੱਚ ਪਰਟੀਕੁਲਰਲੀ ਜਿਹੜੇ ਮੈਮ ਹੈਂਡਲ ਆਊਟ ਕਰਦੇ ਨੇ, ਇੱਕ ਤਾਂ ਉਹ ਸਾਰੇ ਦੇ ਸਾਹਮਣੇ ਬਣਾਉਂਦੇ ਨੇ। ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਕੁਛ ਕੁਛ ਬੱਚੇ ਹੈਗੇ ਨੇ ਜਿਹੜੇ ਡਿਪਾਰਟਮੈਂਟ ਨੂੰ ਰਿਸਪੈਕਟ ਨਾ ਦਿੰਦੇ ਹੋਏ ਬਾਕੀ ਗੇਮਸ ਜਾਂ ਇੱਥੇ ਮਤਲਬ ਅਨਡਿਸਿਪਲਿਨ ਜਾਂ ਡਿਸਿਪਲਿਨ ਨਾ ਕ੍ਰੀਏਟ ਕਰਦੇ ਹੋਏ ਕੁਛ ਵੱਖਰੀ ਐਕਟੀਵਿਟੀਜ਼ ਕਰਦੇ ਨੇ, ਅਤੇ ਉਹਨਾਂ ਨੂੰ ਵੀ ਰਿਸਟ੍ਰਿਕਟ ਕਰਦੇ ਨੇ ਕਿ HOD ਕਰਕੇ ਵੀ ਇਹਨਾਂ ਨੇ ਆਪਣੇ ਰੂਲਸ ਬੜੇ ਵਧੀਆ ਫੋਲੋਡ ਰੱਖੇ ਨੇ। ਐਜ਼ ਵੈਲ ਐਜ਼ ਇੱਥੇ ਜਿਹੜੀ ਡਾਇਟ ਹੈ, ਹਾਈਜੀਨ ਹੈ, ਉਹ ਵੀ ਮੇਨਟੇਨ ਰਹਿੰਦੀ ਹੈ। ਖਾਣਾ ਹਰ ਦਿਨ ਨਵਾਂ ਬਣਦਾ ਹੈ ਅਤੇ ਟਾਈਮ ਸਿਰ ਵੀ ਖਾਣਾ ਆਉਂਦਾ ਵਾ। ਕਦੇ ਕਦੇ ਦੇਖੋ ਇਹ ਨਹੀਂ ਅਸੀਂ ਕਹਿ ਸਕਦੇ ਕਿ ਹਰ ਇੱਕ ਵਾਰ ਤੁਹਾਨੂੰ ਆਈਡੀਅਲੀ ਖਾਣਾ ਟਾਈਮ ਸਿਰ ਮਿਲੇਗਾ, ਕਿਉਂਕਿ ਸਟਾਫ ਦੇ ਹਿਸਾਬ ਨਾਲ ਜਾਂ ਬੱਚਿਆਂ ਦੀ ਇਹ ਵਧੀਆ ਹੀ ਗੱਲ ਹੀ ਹੈ ਕਿ ਖਾਣਾ ਲੇਟ। ਦੇਖੋ ਜੀ, ਕਹਿਣ ਦੀ ਗੱਲ ਇਹ ਹੈ ਕਿ ਜਿੱਥੇ ਬੱਚਿਆਂ ਦੀ ਅਮਾਊਂਟ ਜ਼ਿਆਦਾ ਹੋਏਗਾ, ਜਿੱਥੇ ਬੱਚੇ ਜ਼ਿਆਦਾ ਆਉਣਗੇ, ਡੈਫੀਨੇਟ ਗੱਲ ਹੈ ਉੱਥੇ ਟਾਈਮ ਵੀ ਜ਼ਿਆਦਾ ਲੱਗੇਗਾ। ਹੁਣ ਬਾਕੀ ਕੈਂਟੀਨਸ ਨੇ ਜੇ ਪਰੌਂਠੇ ਹੀ ਪਹਿਲਾਂ ਹੀ ਬਣਾ ਕੇ ਰੱਖਣੇ ਆ ਤਾਂ ਓਬਵੀਅਸਲੀ ਗੱਲ ਹੈ ਉਹਨਾਂ ਨੂੰ ਖਾਣਾ ਵੀ ਛੇਤੀ ਮਿਲੇਗਾ। ਹੁਣ ਇਹਨਾਂ ਨੇ ਡਾਇਟ ਦੇ ਹਿਸਾਬ ਨਾਲ, ਹਾਈਜੀਨ ਦੇ ਹਿਸਾਬ ਨਾਲ ਰੋਟੀਆਂ ਨਵੀਆਂ ਬਣਾਉਣੀਆਂ, ਨਵੇਂ ਪਰੌਂਠੇ ਬਣਾਉਣੇ, ਇਸ ਕਰਕੇ ਬੱਚੇ ਵੀ ਜ਼ਿਆਦਾ ਆਉਂਦੇ ਨੇ ਜੀ। ਬਿਲਕੁਲ ਬਿਲਕੁਲ, ਦੇਖੀਏ ਜੀ ਬਾਕੀ ਕੈਂਟੀਨਸ ਦੇ ਜੇ ਤੁਸੀਂ ਰੇਟ ਦੇਖੋਗੇ ਤਾਂ ਤੁਸੀਂ ਉਹਨੂੰ ਇੱਕ ਮਾਰਜਨਲਾਈਜ਼ ਕਰ ਹੀ ਨਹੀਂ ਸਕਦੇ ਕਿ ਤੁਹਾਨੂੰ ਉਸ ਰੇਟ ਦੇ ਵਿੱਚ ਫਰੈਸ਼ ਖਾਣਾ ਮਿਲੇਗਾ। ਇੱਧਰ ਰੇਟਸ ਦੇ ਹਿਸਾਬ ਨਾਲ ਰੋਜ਼ ਨਵੀਂ ਸਬਜ਼ੀ ਬਣਦੀ ਹੈ, ਬੱਚਿਆਂ ਦੇ ਅੱਖਾਂ ਸਾਹਮਣੇ ਕੱਚੀਆਂ ਸਬਜ਼ੀਆਂ ਆਉਂਦੀਆਂ ਨੇ ਅਤੇ ਇੱਥੇ ਪਕਾ ਕੇ ਦਿੰਦੇ ਨੇ। ਈਵਨ ਬੱਚੇ ਦੇ ਕਦੇ ਕਦੇ ਜਿੱਦਾਂ ਵਰਤ ਹੁੰਦੇ ਨੇ ਜਾਂ ਫੈਸਟੀਵਲਸ ਆਉਂਦੇ ਨੇ ਅਤੇ ਉਹ ਆਪਣੀ ਸਬਜ਼ੀਆਂ ਦੇ ਦਿੰਦੇ ਨੇ, ਸਾਬੂਦਾਨਾ ਲਿਆ ਦਿੰਦੇ ਨੇ ਜਾਂ ਪੋਹਾ ਲਿਆ ਦਿੰਦੇ ਨੇ ਅਤੇ ਇਹ ਬਣਾ ਦਿੰਦੇ ਨੇ। ਪਲੱਸ ਗੱਲ ਇਹ ਹੈ ਕਿ ਜੇ ਇੱਥੇ ਬੱਚਿਆਂ ਦੀ ਕੁਆਂਟਿਟੀ ਜ਼ਿਆਦਾ ਹੈ, ਇੱਥੇ ਮਤਲਬ ਕਰਾਊਡ ਜ਼ਿਆਦਾ ਹੈ, ਤਾਂ ਡੈਫੀਨੇਟ ਗੱਲ ਹੈ ਕਿ ਇਹਨਾਂ ਦੀ ਹਾਈਜੀਨ ਅਤੇ ਇਹਨਾਂ ਦੀ ਡਾਇਟ ਅਤੇ ਇਹਨਾਂ ਦਾ ਖਾਣਾ ਵੀ ਵਧੀਆ ਹੋਏਗਾ। ਥੈਂਕ ਯੂ, ਥੈਂਕ ਸੋ ਮਚ। ਮੇਰਾ ਨਾਮ ਹੈਗਾ ਹੈ ਅਮਨਦੀਪ ਸਿੰਘ, ਡਿਪਾਰਟਮੈਂਟ ਹੈਗਾ ਹੈ UBS ਅਤੇ ਕੰਟੀਨ ਇਹ ਹੈਗੀ ਹੈ, ਟੈਰਿਸ ਕੈਫੇ ਕਿਹਾ ਜਾਂਦਾ ਇਹਨੂੰ, ਜੋ ਕਿ USFS ਦੇ ਲਾਗੇ ਹੈਗੀ ਆ, ਜੋ ਕਿ ਖਾਣਾ ਬਹੁਤ ਵਧੀਆ ਪ੍ਰੋਵਾਈਡ ਕਰਦੀ ਹੈ ਐਂਡ ਬਹੁਤ ਵਿਦ ਇਨ ਅ ਮਿੰਟਸ ਖਾਣਾ ਆ ਜਾਂਦਾ ਇੱਥੇ, ਜ਼ਿਆਦਾ ਵੇਟ ਨਹੀਂ ਕਰਨਾ ਪੈਂਦਾ। ਹਾਂਜੀ, ਮੋਸਟਲੀ ਸਾਰਾ ਕੁਛ ਇੱਥੇ ਤਾਜ਼ਾ ਹੀ ਹੁੰਦਾ ਵਾ ਐਂਡ ਜਿਹੜੇ ਇੱਥੇ ਕੰਮ ਕਰਨ ਵਾਲੇ ਆ ਉਹ ਹਾਈਜੀਨ ਪ੍ਰੋਪਰ ਮੇਨਟੇਨ ਰੱਖਦੇ ਆ। ਅੱਜ ਮੈਂ ਇੱਥੇ ਸਪਰਿੰਗ ਰੋਲ ਖਾਣ ਆਈ ਹਾਂ ਅਤੇ ਜ਼ਿਆਦਾਤਰ ਮੈਂ ਸਪਰਿੰਗ ਰੋਲ ਅਤੇ ਪਰੌਂਠੇ ਹੀ ਖਾਂਦੀ ਹਾਂ ਇੱਥੋਂ ਦੀ, ਜੋ ਕਿ ਬਹੁਤ ਅੱਛੇ ਹੁੰਦੇ ਆ। ਕੰਪਿਊਟਰ ਸਾਇੰਸ? ਹਾਂਜੀ ਹਾਂਜੀ, ਇਸੇ ਡਿਪਾਰਟਮੈਂਟ ਦਾ। ਖਾਣਾ ਪੀਣਾ ਸਾਰੇ ਆਈਟਮਸ ਬਹੁਤ ਸਵਾਦ ਨੇ ਅਤੇ ਸਭ ਅੱਛਾ ਹੀ ਹੈ। ਸਪਰਿੰਗ ਰੋਲ ਸਭ ਤੋਂ ਵਧੀਆ ਹੈ। ਕਦੀ ਤੁਹਾਨੂੰ ਬਿਆ ਜਾਂ ਫਜਲਾ ਮਿਲਿਆ? ਨਹੀਂ, ਐਦਾਂ ਕਦੀ ਵੀ ਨਹੀਂ ਹੋਇਆ। ਸਭ ਆਈਟਮ ਸਫਾਈ ਰੱਖਦੇ? ਹਾਂਜੀ, ਸਾਫ ਸਫਾਈ ਰੱਖਦੇ। ਕੋਈ ਕੰਪਲੇਂਟ ਨਹੀਂ? ਕੋਈ ਕੰਪਲੇਂਟ ਨਹੀਂ। ਪਨੀਰ ਦੀ ਪਹਿਲੇ ਵਿਸ਼ ਇਹਨੇ ਤੁਸੀਂ ਕਿਹਾ ਪਨੀਰ ਦੀ ਭੁਰਜੀ ਹੈ ਜਰਾ ਕੁਝ ਪਨੀਰ ਦੀ ਭੁਰਜੀ ਵਾਲਾ ਹੋ ਬੈਠਾ। ਅਰੇ ਪਨੀਰ ਦੀ ਭੁਰਜੀ ਕਾਫੀ ਅੱਛੀ ਮਿਲਦੀ ਹੈ ਇੱਥੇ ਤੇ ਮੈਂ ਮਤਲਬ ਆਂਦਾ ਰਹਿੰਦਾ। ਹਾਂਜੀ ਹਾਂਜੀ, ਤਾਜ਼ਾ ਹੁੰਦਾ, ਕਾਫੀ ਵਧੀਆ ਹੁੰਦਾ। We are from computer science department and we are sitting at Terrace Cafe
ਐਂਡ ਹੇਅਰ ਫੂਡ ਇਜ਼ ਵੈਰੀ ਨਾਈਸ ਐਂਡ ਪਲੈਜ਼ੈਂਟ ਗੁੱਡ ਹਾਂ ਸਾਰੀ ਚੀਜ਼ਾਂ ਕਾ ਧਿਆਨ ਰੱਖਿਆ ਜਾਤਾ ਹਾਂਜੀ ਥੈਂਕ ਯੂ।